ਸਾਤਿਆਕਾਲ ਸਿਕਰੀਓ ਪੰਜਾਬ ਮੀ ਲੀ ਯੂਐਸ ਟੀਵੀ ਮੈਂ ਬਾਰੂਨ ਕਾਰਮਾਨ ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਖਬਰਾਂ ਦੇ ਬਲਟਨ ਦੇ ਸਪਾਂਸਰ ਰੀਅਲ ਅਸਟੇਟ ਬਰੋਕਰ ਮੋਹਨ ਚੀਮਾ ਰੀਅਲ ਅਸਟੇਟ ਦੀ ਦੁਨੀਆ ਚ ਮੰਨਿਆ ਪਰਮੰਿਆਂ ਨਾਮ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਜਲਦੀ ਪੰਜਾਬ ਦੀਆਂ ਸਰਕਾਰੀ ਬਸਾਂ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੱਕ ਜਾਣਗੀਆਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦਾ ਬਿਆਨ ਤਣਾ ਦੇ ਬਾਵਜੂਦ ਰੂਸ ਤੇ ਅਮਰੀਕਾ ਨੇ ਇੱਕ ਦੂਜੇ ਦੇ ਛੱਡੇ ਕੈਦੀ ਕਰੋਨਾ ਆਫਤ ਅਮਰੀਕਾ ਪਿਛਲੇ ਹਫਤੇ ਵਿੱਚ 37000 ਤੋਂ ਬਧੇਰੇ ਬਾਲ ਕੋਵਿਡ ਮਾਮਲੇ ਆਏ ਸਾਹਮਣੇ ਅਮਰੀਕਾ ਨਾਲ ਦੁਸ਼ਮਣੀ برداشت ਨਹੀਂ ਕਰ ਸਕਦਾ ਪਾਕਿਸਤਾਨ ਸ਼ਰੀਫ ਇੰਡੀਆਨਾ ਪਾਲਿਸ ਵਿੱਚ ਪੁਲਿਸ ਅਫਸਰ ਹਤੋਂ ਇੱਕ ਵਿਅਕਤੀ ਦੀ ਮੌਤ ਪੁਲਿਸ ਅਫਸਰ ਨੂੰ ਭੇਜਿਆ ਗਿਆ ਛੁੱਟੀ ਤੇ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਰੋਡ ਵੇਜ਼ ਅਤੇ ਪੀਆਰਟੀਸੀ ਦੀ ਬੱਸ ਸੇਵਾ ਨਵੀਂ ਦਿੱਲੀ ਦੇ ਕੁਮਾਂਤਰੀ ਹਵਾਈ ਅੱਡੇ ਤੱਕ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸੂਬੇ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਦਿੱਲੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਆਸ਼ੀਸ਼ ਕੁੰਦਰਾ ਅਤੇ ਨਵੀਂ ਦਿੱਲੀ ਕੁਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਾਮਲੇ ਤੇ ਚਰਚਾ ਕੀਤੀ ਉਹਨਾਂ ਨੇ ਦੱਸਿਆ ਕਿ ਦਿੱਲੀ ਕੁਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੇ ਵਾਹਨ ਸੇਵਾ ਜਲਦੀ ਹੀ ਮੁੜ ਸ਼ੁਰੂ ਕੀਤੀ ਜਾਏਗੀ ਉਹਨਾਂ ਨੇ ਦੱਸਿਆ ਕਿ ਸਬੰਧਿਤ ਦੋਵੇਂ ਸਰਕਾਰਾਂ ਦੇ ਮੁੱਖ ਮੰਤਰੀਆਂ ਦਰਮਿਆਨ ਗੱਲਬਾਤ ਉਪਰੰਤ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਦਾਲਤ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀਆਂ ਬੱਸਾਂ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਕਫਾਇਤੀ ਦਰਾਂ ਤੇ ਸਫ਼ਰ ਮਹੱਇਆ ਕਰਵਾਇਆ ਜਾ ਸਕੇਗਾ ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ ਅਸ਼ੀਸ਼ ਕੁੰਦਰਾ ਨੇ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਜਲਦੀ ਹੀ ਹੱਲ ਕੱਢ ਲਿਆ ਜਾਏਗਾ ਤੇ ਪੰਜਾਬ ਦੀ ਸਰਕਾਰੀ ਵਾਸ ਸਰਵਿਸ ਦਿੱਲੀ ਹਵਾਈ ਅੱਡੇ ਤੱਕ ਚੱਲ ਸਕੇਗੀ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਕਾਨੂੰਨੀ ਅੜਚਨਾ ਖਤਮ ਹੋਣ ਤੋਂ ਬਾਅਦ ਜਲਦੀ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਦਾਖਲਾ ਮੰਤਰੀ ਹਵਾਈ ਅੱਡੇ ਤੱਕ ਹੋ ਜਾਏਗਾ ਰੂਸ ਤੇ ਅਮਰੀਕਾ ਨੇ ਇੱਕ ਨਾਟਕੀ ਘਟਨਾ ਕ੍ਰਮ ਵਿੱਚ ਦੋਵਾਂ ਮੁਲਕਾਂ ਦੇ ਇੱਕ-ਇੱਕ ਕੈਦੀ ਨੂੰ ਇੱਕ ਦੂਜੇ ਨੂੰ ਸੌਂਪ ਦਿੱਤਾ। ਦਸਰਣੀ ਯੋਗ ਹੈ ਕਿ ਰੂਸ ਨੇ ਮਾਸਕੋ ਵਿੱਚ ਕੈਦ ਇੱਕ ਜਲ ਸੈਨਿਕ ਨੂੰ ਰਿਹਾਅ ਕੀਤਾ ਹੈ ਜਿਸਕਿ ਅਮਰੀਕਾ ਨੇ ਉਸ ਬਦਲੇ ਇੱਕ ਰੂਸਤੀ ਨਸ਼ਾ ਤਸਕਰ ਨੂੰ ਛੱਡਿਆ ਹੈ। ਉਹ ਅਮਰੀਕਾ ਵਿੱਚ ਲੰਬੀ ਕੈਦ ਭੁਗਤ ਰਿਹਾ ਸੀ ਮਾਇਰਾ ਮੁਤਾਬਕ ਅਝਾਤ ਬਦਲਾ ਸ਼ਾਂਤੀ ਦੇ ਸਮੇਂ ਵੀ ਵੱਡਾ ਕੌਟਨੀਤਿਕ ਸੌਦਾ ਮੰਨਿਆ ਜਾ ਸਕਦਾ ਸੀ ਪਰ ਜੰਗ ਦੇ ਹਾਲਾਤ 'ਚ ਕਾਫੀ ਗੈਰ ਸਧਾਰਨ ਕਦਮ ਹੈ। ਰੂਸ ਨੇ ਟੈਕਸ ਵਾਸੀ ਟ੍ਰੇਡ ਰੀਡ ਨੂੰ ਛੱਡਿਆ ਉਸ ਨੂੰ 2019 ਵਿੱਚ ਰੂਸ ਨੇ ਗ੍ਰਿਫਤਾਰ ਕੀਤਾ ਸੀ। ਅਮਰੀਕਾ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਤੇ ਚਿਲड्रन ਹਸਪਤਾਲ ਐਸੋਸੀਏਸ਼ਨ ਦਾ ਇੱਕ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਹਫਤੇ ਮਾਰੀਕਾ ਵਿੱਚ 37000 ਤੋਂ ਵੱਧ ਬਾਲ ਕੋਵਿਡ ਮਾਮਲੇ ਸਾਹਮਣੇ ਆਏ ਜੋ ਕਿ 2 ਹਫਤੇ ਪਹਿਲਾਂ ਨਾਲੋਂ ਲਗਭਗ 43% ਦੀ ਵਾਧੇ ਨੇ ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 12.9 ਮਿਲੀਅਨ ਤੋਂ ਵੱਧ ਬੱਚਿਆਂ ਨੇ ਕੋਵਿਡ ਲਈ ਸਕਾਰਾਤਮਕ ਟੈਸਟ ਕੀਤਾ ਰਿਪੋਰਟ ਦੇ ਅਨੁਸਾਰ ਇਨ੍ਹਾਂ ਵਿੱਚੋਂ ਲਗਭਗ 124000 ਕੇਸ ਪਿਛਲੇ 4 ਹਫਤਿਆਂ ਵਿੱਚ ਸ਼ਾਮਲ ਕੀਤੇ ਗਏ ਨੇ ਸਮਾਚਾਰ ਏਜੰਸੀਜ਼ ਨੂੰਹਾ ਦੀ ਰਿਪੋਰਟ ਮੁਤਾਬਕ ਸਤੰਬਰ ਦੇ ਪਹਿਲੇ ਹਫਤੇ ਤੋਂ ਅਮਰੀਕਾ ਵਿੱਚ ਲਗਭਗ 7.9 ਮਿਲੀਅਨ ਬੱਚੋਵਾਂ ਕੋਵਿਡ ਮਸਲੇ ਸਾਹਮਣੇ ਆਏ ਨੇ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਬੱਚੇ ਯੂਐਸ ਵਿੱਚ ਕੋਵਿਡ ਦੇ ਸਾਰੇ ਕੇਸਾਂ ਵਿੱਚੋਂ 19% ਦੀ ਨੁਮਾਇੰਦਗੀ ਕਰਦੇ ਨੇ ਇਹ ਏਪੀ ਨੇ ਕਿਹਾ ਕਿ ਨਵੇਂ ਰੂਪਾਂ ਨਾਲ ਸੰਬੰਧਤ ਬਿਮਾਰੀ ਦੀ ਗੰਭੀਰਤਾ ਦੇ ਨਾਲ-ਨਾਲ ਸੰਭਾਵੀ ਲੰਬੇ ਸਮੇਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਵਧੇਰੇ ਉਮਰ ਵਿਸ਼ੇਸ਼ ਡਾਟਾ 71 ਕਰਨ ਦੀ ਤੁਰੰਤ ਲੋੜ ਹੈ ਬੱਚਿਆਂ ਦੀ ਸਿਹਤ ਤੇ ਮਹਾਮਾਰੀ ਦੇ ਤੁਰੰਤ ਪ੍ਰਭਾਵ ਨੂੰ ਪਛਾਣਨਾ ਜ਼ਰੂਰੀ ਹੈ ਪਰ ਮਹੱਤਮਪੂਰਨ ਤੌਰ ਤੇ ਸਾਨੂੰ ਬੱਚਿਆਂ ਅਤੇ ਨੌਜਵਾਨਾਂ ਦੇ ਸਰੀਰਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ پاکستان ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ ਅਮਰੀਕਾ ਨਾਲ ਦੁਸ਼ਮਣੀ ਬਿਲਕੁਲ ਵੀ ਨਹੀਂ ਰੱਖ ਸਕਦਾ ਇਸ ਦੇ ਨਾਲ ਹੀ ਉਹਨਾਂ ਨੇ ਸੰਕਲਪ ਲਿਆ ਕਿ Imran Khan ਦੀ ਪਿਛਲੀ ਸਰਕਾਰ ਦੀ ਦੋਸ਼ਪੂਰਨ ਵਿਦੇਸ਼ ਨੀਤੀਆਂ ਕਾਰਨ ਦੇਸ਼ ਤੋਂ ਦੂਰ ਹੋ ਗਏ ਸਾਰੇ ਸਹਿਯੋਗੀਆਂ ਅਤੇ ਦੋਸਤਾਂ ਨਾਲ ਸੰਬੰਧ ਸੁਧਾਰਨ ਤੇ ਜ਼ੋਰ ਦਿੱਤਾ ਚਾਹੇਗਾ ਸ਼ਰੀਫ ਨੇ ਅਫਸੋਸ ਜ਼ਾਹਰ ਕੀਤਾ ਕਿ ইমরান ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿ ਪਿਛਲੀ ਸਰਕਾਰ ਨੇ ਉਹਨਾਂ ਸਾਰੇ ਦੇਸ਼ਾਂ ਨੂੰ ਨਿਰਾਸ਼ ਕਰ ਦਿੱਤਾ ਸੀ ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਹਮੇਸ਼ਾ ਪਾਕਿਸਤਾਨ ਦੀ ਮਦਦ ਕੀਤੀ ਸੀ ਉਹਨਾਂ ਨੇ ਇਸ ਲੜੀ ਵਿੱਚ ਚੀਨ, ਸਾਊਦੀ ਅਰਬ, ਕਤਰ ਅਤੇ ਅਮਰੀਕਾ ਦਾ ਜ਼ਿਕਰ ਕੀਤਾ ਸੀ ਡਾਊਨ ਸਮਾਚਾਰ ਪੱਤਰ ਦੀ ਇੱਕ ਖਬਰ ਮੁਤਾਬਕ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਬੇਪਰੋਸਕੀ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਦੋਵਾਂ ਦੇਸ਼ਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਉਹਨਾਂ ਨੇ ਅਤੀਤ ਵਿੱਚ ਕੋਈ ਗਲਤੀ ਕੀਤੀ ਹੈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ੇ ਪ੍ਰਧਾਨ ਸ਼ਰੀਫ ਨੇ ਪ੍ਰਧਾਨ ਮੰਤਰੀ ਰਿਹائش ਵਿੱਚ ਮੰਗਲਵਾਰ ਨੂੰ ਇੱਕ ਇਫਤਾਰ ਪ੍ਰੋਗਰਾਮ ਦੌਰਾਨ ਸੀਨੀਅਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਦੁਸ਼ਮਣੀ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਇੰਡੀਆਨਾ ਪੁਲਿਸ ਵਿੱਚ ਇੱਕ ਘਰੇਲੂ ਝਗੜੇ ਦੇ ਮਾਮਲੇ ਵਿੱਚ ਮੌਕੇ ਤੇ ਪੁਜੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਪਾਉਣ ਲਈ ਟੇਜ਼ਰ ਦੀ ਵਰਤੋਂ ਕੀਤੀ ਗਈ ਜਿਸ ਤੋਂ ਪ੍ਰੰਤ ਉਸ ਦੀ ਮੌਤ ਹੋ ਗਈ। ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੂਚਨਾ ਮਿਲਣ ਤੇ ਬੀਤੀ ਰਾਤ ਤੜਕਸਾਰ 3:20 ਮਿੰਟ ਤੇ ਪੁਲਿਸ ਮੌਕੇ ਉੱਪਰ ਪਹੁੰਚੀ ਤਾਂ ਉਸ ਦਾ ਇੱਕ ਮਰਦ ਤੇ ਉਸ ਦੇ ਮਾਪਿਆਂ ਨਾਲ ਸਾਹਮਣਾ ਹੋਇਆ। ਇਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਪਾਗਲਪਨ ਦਾ ਦੌਰਾ ਪੈਂਦਾ ਹੈ ਜੋ ਉਸ ਸਮੇਂ ਨਿਰਵਸਤਰ ਕਮਰੇ ਹਾਸੀ ਤੇ ਉਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਪੁਲਿਸ ਨੇ ਉਸ ਨਾਲ ਤਕਰੀਬਨ 10 ਮਿੰਟ ਗੱਲਬਾਤ ਕੀਤੀ ਤੇ ਉਸ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਉਹ ਅਚਾਨਕ ਇੱਕ ਪੁਲਿਸ ਅਫਸਰ ਵੱਲ ਵਧਿਆ ਜਿਸ ਤੇ ਪੁਲਿਸ ਅਫਸਰ ਨੇ ਟੀਜ਼ਰ ਦਾਗ ਦਿੱਤਾ ਜੋ ਉਸਦੀ ਛਾਤੀ ਵਿੱਚ ਬੱਜਾ ਉਪਰੰਤ ਉਸ ਨੂੰ ਕਾਬੂ ਕਰ ਲਿਆ ਗਿਆ ਮੌਕੇ ਉੱਪਰ ਮੈਡੀਕਲ ਸਟਾਫ ਵੀ ਪੁੱਜਾ ਤੇ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਿਆ ਟੀਜ਼ਰ ਦੀ ਵਰਤੋਂ ਕਰਨ ਵਾਲੇ ਪੁਲਿਸ ਅਫਸਰ ਨੂੰ ਪ੍ਰਸ਼ਾਸਨਿਕ ਛੁੱਟੀ ਉੱਪਰ ਪੇ ਇਸ ਤੱਕ ਕੀ ਹੈ ਪੁਲਿਸ ਨੇ ਮ੍ਰਿਤਕ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ ਤੇ ਨਾ ਹੀ ਕੈਮਰੇ ਵਿੱਚ ਕੈਦ ਘਟਨਾ ਤੇ ਦ੍ਰਿਸ਼ਾਂ ਨੂੰ ਜਨਤਕ ਕੀਤਾ ਹੈ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਅਫਸਰ ਨੂੰ ਛੁੱਟੀ ਤੇ ਭੇਜਣਾ ਜਾਂਚ ਪ੍ਰਕਿਰਿਆ ਦਾ ਹਿੱਸਾ ਹੈ ਘਟਨਾ ਦੀ ਅਪਰਾਧਿਕ ਨਜ਼ਰੀਏ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਫਸਰ ਵੱਲੋਂ ਵਰਤੀ ਗਈ ਸ਼ਕਤੀ ਦੀ ਖੋਖ ਕੀਤੀ ਜਾਵੇਗੀ ਪੁਲਿਸ ਨੇ ਸਾਨ ਹੋਜ਼ੇ ਕੈਲੀਫੋਰਨੀਆ ਵਿੱਚੋਂ ਅਗਵਾ ਕੀਤੀ 3 ਮਹੀਨੇ ਦੀ ਬੱਚੀ ਨੂੰ ਬਰਾਮਦ ਕਰਕੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਬੱਚੀ ਦਾ ਨਾਮ ਬ੍ਰੈਂਡਨ ਕਯੂਲਾਰ ਹੈ ਘਟਨਾ ਸਮੇਂ ਕਾਰ ਵਿੱਚ ਬੱਚੀ ਦੀ ਦਾਦੀ ਮੌਜੂਦ ਸੀ ਤੇ ਉਸਦੀ ਮਾਂ ਕੰਮ ਤੇ ਗਈ ਹੋਈ ਸੀ ਦਾਦੀ ਕਾਰ ਵਿੱਚੋਂ ਬਾਹਰ ਗਰੋਸਰੀ ਲੈਣ ਲਈ ਆਈ ਤਾਂ ਇੱਕ ਵਿਅਕਤੀ ਨੇ ਕਾਰ ਵਿੱਚ ਦਾਖਲ ਹੋ ਕੇ ਬੱਚੀ ਨੂੰ ਅਗਵਾ ਕਰ ਲਿਆ ਪੁਲਿਸ ਵੱਲੋਂ ਜਾਰੀ ਤਸਵੀਰ ਵਿੱਚ ਇੱਕ ਵਿਅਕਤੀ ਕੁਝ ਛਪਾ ਕੇ ਲੈ ਜਾ ਰਿਹਾ ਨਜ਼ਰ ਆ ਰਿਹਾ ਜਿਸ ਵਾਰੇ ਸ਼ੱਕ ਹੈ ਕਿ ਅਸਲ ਅਗਵਾਕਾਰ ਹੈ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਗ੍ਰਿਫਤਾਰ ਸ਼ੱਕੀ ਵਿਅਕਤੀਆਂ ਵਿੱਚ ਇਹ ਵਿਅਕਤੀ ਸ਼ਾਮਲ ਹੈ ਜਾਂ ਨਹੀਂ ਅਮਰੀਕਾ ਦੇ ਐਰੀਜ਼ੋਨਾ ਵਿੱਚ ਦੋ ਪਾਇਲਟ ਚਿਹਰੇ ਭਰਾਵਾਂ ਨੂੰ ਹਵਾ ਵਿੱਚ ਜਹਾਜ਼ ਬਦਲਣ ਵਾਲਾ ਸਟੰਟ ਕਰਨਾ ਹੁਣ ਮਹਿੰਗਾ ਪੈ ਗਿਆ ਹੈ ਇਸ ਦੌਰਾਨ ਇਹਨਾਂ ਦੋਵਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਦੋਵੇਂ ਪਾਇਲਟ ਸੁਰੱਖਿਅਤ ਨੇ ਘਟਨਾ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ 애રિዞਨਾ ਦੇ ਦੋ ਚਚੇਰੇ ਭਰਾ ਲਿਊਕ ਐਂਗਿੰਗਸ ਅਤੇ ਐਂਟੀ ਫਰਿੰਗਟਨ ਦੋ ਛੋਟੇ ਚੋਪਰ ਲੈ ਕੇ ਉੱਡੇ ਦੋਵਾਂ ਨੇ ਐਲਾਨ ਕੀਤਾ ਸੀ ਕਿ ਉਹ ਹਵਾ ਵਿੱਚ ਇੱਕ ਦੂਜੇ ਨਾਲ ਜਹਾਜ਼ ਬਦਲਣ ਦੇ ਦੌਰਾਨ ਇੱਕ ਚੋਪਰ ਵਿੱਚ ਤਕਨੀਕੀ ਦਿੱਕਤ ਆਈ ਤੇ ਹਵਾ ਵਿੱਚ ਘੁੰਮਦਾ ਹੋਇਆ ਜ਼ਮੀਨ ਤੇ ਆ ਡਿੱਗਾ ਉਸ ਦਾ ਪਾਇਲਟ ਲਿਊਕ ਵੀ ਜ਼ਮੀਨ ਤੇ ਡਿੱਗਿਆ ਦੂਜਾ ਪਾਇਲਟ ਐਂਡੀ ਪੈਰਾਸ਼ੂਟ ਦਰਿਆ ਜ਼ਮੀਨ ਤੇ ਉਤਰ ਗਿਆ ਦੋਵੇਂ ਜਾਣੇ ਤਰਾਖਤ ਨੇ ਤੇ ਉਹਨਾਂ ਨੂੰ ਕੋਈ ਵੀ ਛੱਟ ਨਹੀਂ ਲੱਗੀ ਦੋਵਾਂ ਨੇ ਇੱਕ ਦੂਜੇ ਨਾਲ ਅਸਮਾਨ ਵਿੱਚ ਜਹਾਜ਼ ਦੀ अदला-ਬਦਲੀ ਕਰਨੀ ਸੀ ਦੋਵੇਂ ਆਪਣੇ ਜਹਾਜ਼ ਤੋਂ ਹਵਾ ਵਿੱਚ ਕੁੱਦਦੇ ਅਤੇ ਇੱਕ ਦੂਜੇ ਨੂੰ ਜਹਾਜ਼ ਵਿੱਚ ਸਵਾਰ ਹੋਣ ਦੇ ਲਈ ਛਾਲ ਮਾਰੀ ਇਸ ਤਰ੍ਹਾਂ ਇੱਕ ਚੌਪਰ ਵਿੱਚ ਤਕਨੀਕੀ ਦਿੱਕਤ ਆਈ ਤੇ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਜਾ ਕੇ ਜ਼ਮੀਨ ਤੇ ਡਿੱਗ ਪਿਆ ਜਹਾਜ਼ ਨੂੰ ਜ਼ਮੀਨ ਤੇ ਡਿੱਗਦੇ ਦੇਖ ਦੋਵੇਂ ਪਾਇਲਟ ਪੈਰਾਸ਼ੂਟs ਦਰਯੀਏ ਜ਼ਮੀਨ ਤੇ ਉਤਰ ਗਏ ਫੋਰਿੰਗਟਨ ਨੇ ਦੱਸਿਆ ਕਿ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਲਾਨ ਨੂੰ ਅੰਜਾਮ ਨਹੀਂ ਦੇ ਸਕੇ ਉਹਨਾਂ ਨੇ ਭਵਿੱਖ ਵਿੱਚ ਮੋੜ ਤੋਂ ਕੋਸ਼ਿਸ਼ ਦੀ ਗੱਲ ਵੀ ਕਹਿ ਦਿਤੀ ਹੈ ਮੇਅਰ ਸ਼ਹਿਰ ਦਾ ਮੁਖੀ ਹੁੰਦਾ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰੋਗੇ ਕਿ ਇੱਕ ਬਿੱਲੀ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ ਪਰ ਇਹ ਹੋਇਆ ਹੈ ਇੱਕ ਬਿੱਲੀ ਨੂੰ ਸ਼ਹਿਰ ਦਾ ਮੇਅਰ ਬਣਾਇਆ ਗਿਆ ਹੈ ਮੇਅਰ ਬਣੀ ਬਿੱਲੀ ਇਸ ਸਮੇਂ ਚਰਚਾ ਚੈ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਕੈਟ ਨੂੰ ਅਮਰੀਕਾ ਦੇ ਮਿਸ਼ੀਗਨ ਦੀ ਮੇਅਰ ਬਣਾਇਆ ਗਿਆ ਬਿੱਲੀ ਦਾ ਨਾਮ ਜਿੰਕਸ ਹੈ ਇਹ ਉਹ ਬਿੱਲੀ ਹੈ ਜੋ ਇਸ ਤੋਂ ਪਹਿਲਾਂ ਆਪਣੀਆਂ ਵੱਡੀਆਂ ਅੱਖਾਂ ਕਾਰਨ ਸੁਰਖੀਆਂ 'ਚ ਰਹੀ ਹੁਣ ਜਦੋਂ ਉਹ ਮੇਅਰ ਬਣ ਗਈ ਹੈ ਤਾਂ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ ਹੈ ਉਹ 24 ਅਪ੍ਰੈਲ ਨੂੰ ਮੇਅਰ ਚੁਣੀ ਗਈ ਸੀ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਬਿੱਲੀ ਨੂੰ ਮੇਅਰ ਬਣਾਇਆ ਗਿਆ ਹੈ ਜਿੰਕਸ ਮਾਲਕਣ ਮੀਆਂ ਨੂੰ 3 ਸਾਲ ਪਹਿਲਾਂ ਉਸਦੇ ਘਰ ਦੇ ਬਾਹਰ ਮਿਲੀ ਸੀ ਮੀਆਂ ਨੇ ਕਿਹਾ ਕਿ ਜਦੋਂ ਉਹ ਜਿੰਕਸ ਨੂੰ ਮਿਲੀ ਸੀ ਉਹ ਸਿਰਫ 3 ਮਹੀਨਿਆਂ ਦੀ ਸੀ ਫਿਰ ਉਹ ਉਸ ਨੂੰ ਕੈਲੀਫੋਰਨੀਆ ਲੈ ਗਏ ਉੱਥੇ ਉਸਨੇ ਦੇਖਿਆ ਕਿ ਜਿੰਕਸ ਦੀਆਂ ਅੱਖਾਂ ਤੇ ਉਸਦੇ ਪੈਰ ਥੋੜੇ ਵਕਰੇ ਸਨ ਉਹ ਹੋਰ ਬਿੱਲੀਆਂ ਨਾਲੋਂ ਬਹੁਤ ਵੱਡੇ ਸਨ ਮੀਆ ਨੇ ਉਸ ਨੂੰ ਡਾਕਟਰ ਨੂੰ ਦਿਖਾਇਆ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਇਹ ਕੋਈ ਬਿਮਾਰੀ ਨਹੀਂ ਸਗੋ ਜਨਮ ਤੋਂ ਨੁਕਸ ਸੀ ਮੀਆ ਨੇ ਚਿੰਗਸ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜੋ ਕਾਫੀ ਵਾਇਰਲ ਹੋਈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਮਜ਼ਾਕੀਆ ਟਵਿੱਟਰ ਪੋਸਟ ਕੀਤਾ ਸੀ ਉਸਨੇ ਕਿਹਾ ਕਿ ਹੁਣ ਤੱਕ ਕਈ ਪਸ਼ੂ ਮੇਅਰ ਬਣਦੇ ਦੇਖੇ ਗਏ ਹੁਣ ਉਹ ਆਪਣੀ ਬਿੱਲੀ ਨੂੰ ਪ੍ਰਧਾਨ ਬਣਾਉਣ ਜਾ ਰਹੀ ਹੈ ਕਿਸੇ ਨੇ ਟਵਿੱਟਰ ਤੇ ਮਿਸ਼ੀਗਨ ਨੂੰ ਟੈਗ ਕੀਤਾ ਕਿ ਜਿੰਕਸ ਨੂੰ ਮੇਅਰ ਚੁਣ ਲਿਆ ਗਿਆ ਉਹਨੂੰ ਇੱਕ ਦਿਨ ਲਈ ਮੇਅਰ ਬਣਾਇਆ ਗਿਆ ਸੀ ਇੱਕ ਦਿਨ ਲਈ ਮੇਅਰ ਬਣਨ ਲਈ ਤੁਹਾਨੂੰ ਲਗਭਗ ਅਸੀਂ ਯੂਰੋ ਜਮ੍ਹਾਂ ਕਰਨੇ ਪੈਣਗੇ ਮੀਆ ਨੇ ਜਿੰਕਸ ਲਈ ਇੰਨਾ ਭੁਗਤਾਨ ਕੀਤਾ ਤੇ ਉਹ ਮੇਅਰ ਬਣ ਕੇ ਉਸਦੇ ਕਰੀਬ 735000 ਫਾਲੋਅਰਸ ਨੇ ਤੇ ਇੰਸਟਾਗ੍ਰam ਤੇ 4 ਲੱਖ ਫਾਲੋਅਰਸ ਨੇ ਰੂਸੀ ਫੌਜ ਵੱਲੋਂ ਪੂਰਬੀ ਯੂਕਰੇਨ 'ਤੇ ਗੋਲਾਬਾਰੀ ਤੇਜ਼ ਕਰਨ ਦੇ ਨਾਲ ਹੀ ਸੁਰੱਖਿਆ ਦੀ ਭਾਲ ਵਿੱਚ ਬੇਦਰਧ ਲੋਕ ਆਪਣੇ ਘਰਾਂ ਨੂੰ ਛੱਡ ਰਹੇ ਨੇ ਇਸ ਦੌਰਾਨ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਪੂਰਬੀ ਖੇਤਰ ਦੇ ਕਈ ਕਸਬਿਆਂ ਤੇ ਪਿੰਡਾਂ ਦੇ ਨੁਕਸਾਨ ਨੂੰ ਸਵੀਕਾਰ ਕੀਤਾ ਹੈ ਕਿਉਂਕਿ ਰੂਸ ਨੇ ਆਪਣਾ ਜ਼ਮੀਨੀ ਹਮਲਾ ਤੇਜ਼ ਕਰ ਦਿੱਤਾ ਹੈ ਸੀਐਨਐਨ ਨੇ ਯੂਕਰੇਨੀ ਫੌਜ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਤਿੰਨ ਮੋਰਚਿਆਂ ਤੇ ਪਾਰੀ ਲੜਾਈ ਚੱਲ ਰਹੀ ਹੈ ਇਸ ਸੰਬੰਧੀ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਖੇਤrana ਦੇ ਨੁਕਸਾਨ ਦੇ ਬਾਵਜੂਦ ਇਕੱਲੇ ਦੋਨੋਸਟਕ ਅਤੇ ਲੋਹਾਂਟਕ ਖੇਤrana ਚ ਦੁਸ਼ਮਣ ਦੇ ਨੌ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਸੀਐਨਐਨ ਅਨੁਸਾਰ ਯੂਕਰੇਨ ਦੀਆਂ ਫੌਜਾਂ ਜ਼ਰੂਰੀ ਤੌਰ ਤੇ ਤਿੰਨ ਦਿਸ਼ਾਵਾਂ ਚ ਲੜ ਰਹੀਆਂ ਨੇ ਤਾਂ ਜੋ ਰੂਸੀ ਫੌਜ ਨੂੰ ਦੁਨੀਸ਼ਟ ਕਤੇਲੂ ਹਾਂਸਕਤੇ ਸਾਰੇ ਖੇਤਰਾ ਤੇ ਕਬਜ਼ਾ ਕਰਨ ਤੋਂ ਰੁਕਿਆ ਜਾ ਸਕੇ ਜੋ ਕਿ ਕ੍ਰਾਮਲਨ ਦਾ ਸ਼ੁਰੂ ਤੋਂ ਐਲਾਨਿਆ ਟੀ ਚਾਰ ਰਹਾ ਹੈ ਸਥਾਨਕ ਅਧਿਕਾਰੀਆਂ ਤੇ ਰੂਸ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਤਿੰਨ ਰੂਸੀ ਖੇਤਰਾ ਚ ਧਮਾਕਿਆਂ ਦੀ ਰਿਪੋਰਟ ਕੀਤੀ ਗਈ ਸੀ ਉਧਰ ਯੂਕਰੇਨ ਦੇ ਰੇਲਵੇ ਨੈੱਟਵਰਕ ਦੇ ਚੇਅਰਮੈਨ ਅਲੈਗਜ਼ੈਂਡਰ ਕਾਮਸਨ ਨੇ ਕਿਹਾ ਕਿ ਇੱਕ ਮਿਜ਼ਾਈਲ ਨੇ ਰੇਲ ਤੇ ਸੜਕ ਦੇ ਪੁਲ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਜੋ ਕਿ ਬੰਦਰਗਾਹ ਵਾਲੇ ਸ਼ਹਿਰ ਉੜੈਸਾ ਨੂੰ ਯੂਕਰੇਨ ਦੇ ਦੂਰ ਦੱਖਣ-ਪੱਛਮੀ ਹਿੱਸੇ ਨਾਲ ਜੋੜਦਾ ਹੈ। ਮਾਈਕਰੋਸਾਫਟ ਕੰਪਨੀ ਨੇ ਬੁੱਧਵਾਰ ਨੂੰ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਰੂਸੀ ਸਰਕਾਰ ਸਮਰਥ ਹੰਕਰਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਯੂਕਰੇਨ ਵਿੱਚ ਦਰਜਨਾ ਸੰਗਠਨਾ ਅਤੇ ਸਾਈਬਰ ਹਮਲਾ ਕਰ ਉਹਨਾਂ ਦੇ ਡਾਟਾ ਨੂੰ ਤਬਾਹ ਕਰ ਦਿੰਦਾ ਹੈ ਅਤੇ ਸੂਚਨਾਮਾਂ ਦਾ ਇੱਕ ਰਾਜਿਕਤਾ ਮਾਹੌਲ ਪੈਦਾ ਕਰ ਦਿੰਦਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ ਅੱਧੇ ਹਮਲੇ ਮਹੱਤਮਪੂਰਨ ਨਾਜ਼ੁਕ ਬੁਨਿਆਦੀ ਢਾਂਚੇ ਤੇ ਕੀਤੇ ਗਏ ਅਤੇ ਕਈ ਵਾਰ ਅਜਿਹੇ ਹਮਲੇ ਬੰਬਾਰੀ ਦੇ ਨਾਲ-ਨਾਲ ਕੀਤੇ ਗਏ ਮਾਈਕਰੋਸਾਫਟ ਨੇ ਕਿਹਾ ਕਿ ਰੂਸ ਨਾਲ ਸੰਬੰਧਤ ਸਮੂਹ ਮਾਰਚ 2021 ਤੋਂ ਇਸ ਹਮਲੇ ਦੀ ਤਿਆਰੀ ਕਰ ਰਹੇ ਸੀ ਤਾਂ ਕਿ ਉਹ ਨੈੱਟਵਰਕ ਨੂੰ ਹੈਕ ਕਰ ਰਣਨੀਤਿਕ ਅਤੇ ਯੁੱਧ ਖੇਤਰ ਦੀਆਂ ਖੁਫੀਆ ਸੂਚਨਾਵਾਂ ਇਕੱਠੀਆਂ ਕਰ ਸਕਣ ਅਤੇ ਭਵਿੱਖ ਵਿੱਚ ਉਸ ਦੀ ਵਰਤੋਂ ਕੀਤੀ ਜਾ ਸਕੇ ਰਿਪੋਰਟ ਮੁਤਾਬਕ ਯੁੱਧ ਦੌਰਾਨ ਹੈਕਰਾਂ ਨੇ ਨਾਗਰਿਕਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਮਹੱਤਮਪੂਰਨ ਸੇਵਾਵਾਂ ਤੱਕ ਪਹੁੰਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਯੂਕਰੇਨ ਨਾਲ 63 ਦਿਨਾਂ ਤੋਂ ਚੱਲ ਰਹੀ ਜੰਗ ਦਰਮਿਆਨ ਰੂਸ ਨੇ ਪੋਲੈਂਡ ਤੇ ਬੁਲਗਾਰੀਆ ਦੀ ਕੁਦਰਤੀ ਗੈਸ ਦੀ ਸਪਲਾਈ ਰੋਕ ਦਿੱਤੀ ਉਧਰ ਯੂਕਰੇਨ ਨਾਲ ਹਰ ਕਦਮ ਤੇ ਖੜਨ ਦਾ ਦਾਵਾ ਕਰਨ ਵਾਲੇ ਕੈਨੇਡਾ ਨੇ 8 ਬਖਤਰਬੰਦ ਗੱਡੀਆਂ ਯੂਕਰੇਨ ਭੇਜਣ ਲਈ ਤਿਆਰੀ ਕਰ ਲਈ ਹੈ ਯੂਕਰੇਨ ਨੂੰ ਕਈ ਵਾਰ ਆਤਮ ਸਮਰਪਣ ਕਰਨ ਦੀ ਸਮਾਂ ਸੀਮਾ ਦੇਣ ਬਾਅਦ ਰੂਸੀ ਫੌਜੀ ਮਾਰੀਓਪੋਲ ਵਿੱਚ ਲਗਾਤਾਰ ਬੰਬਾਰੀ ਕਰ ਰਹੇ ਹਨ ਇਸ ਵਿਚਾਲੇ ਰੂਸ ਨੇ ਪੋਲੈਂਡ ਅਤੇ ਬੁਲਗਾਰੀਆ ਨੂੰ ਦਿੱਤੀ ਜਾਂਦੀ ਆਪਣੀ ਕੁਦਰਤੀ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਹੈ ਰੂਸ ਨੇ ਇੱਕ ਕਦਮ ਦੋਵਾਂ ਦੇਸ਼ਾਂ ਵੱਲੋਂ ਕੁਦਰਤੀ ਗੈਸ ਲਈ ਰੂਬਲ ਵਿੱਚ ਭੁਗਤਾਨ ਕਰਨ ਤੋਂ ਇਨਕਾਰ ਕਰਨ ਮਗਰੋਂ ਝੁਕਿਆ ਹੈ ਪਾਕਿਸਤਾਨ ਦੇ ਨਾਰੋਵਾੜ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪਵਿੱਤਰ ਪਾਣੀ ਨੂੰ ਵੇਚਣ ਤੇ ਪਾਕਿਸਤਾਨ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਇਹ ਫੈਸਲਾ ਸਿੱਖ ਸੰਗਤ ਦੇ ਇਤਰਾਜ਼ ਜਤਾਉਣ ਮਗਰੋਂ ਲਿਆ ਗਿਆ ਹੈ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਈਕਯੂ ਟਰਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਸ਼ਾਹਿਦ ਸਲੀਮ ਨੇ ਜਾਰੀ ਆਦੇਸ਼ ਵਿੱਚ ਇਸ ਤੇ ਰੋਕ ਲਗਾ ਦਿੱਤੀ ਹੈ ਅਤੇ ਚੇਤਾਵਨੀ ਦਾ ਬੋਰਡ ਵੀ ਲਗਵਾ ਦਿੱਤਾ ਹੈ ਇੱਥੇ ਦੱਸ ਦਈਏ ਕਿ ਪਵਿੱਤਰ ਪਾਣੀ ਉਸ ਇਤਿਹਾਸਕ ਖੂਹ ਦਾ ਹੈ ਜਿਸ ਦੇ ਪਾਣੀ ਨਾਲ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਸੀ ਹੁਣ ਇਸ ਖੂਹ ਦੇ ਪਾਣੀ ਨੂੰ ਵੇਚਣ ਦਾ ਮੁੱਦਾ ਪੱਖ ਦਾ ਜਾ ਰਿਹਾ ਹੈ ਭਾਵੇਂ ਸਿੱਖ ਸੰਗਤਾਂ ਵੱਲੋਂ ਇਸ ਕਾਰਵਾਈ ਦਾ ਸਖਤ ਕੀਤੇ ਜਾਣ ਤੇ ਪਾਕਿਸਤਾਨ ਸਰਕਾਰ ਨੇ ਖੂਹ ਦੇ ਪਾਣੀ ਨੂੰ ਵੇਚਣ ਤੇ ਰੋਕ ਲਗਾ ਦਿੱਤੀ ਹੈ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਫਿਲਟਰ ਕਰਨ ਲਈ ਪਾਕਿਸਤਾਨ ਦੇ ਇਮਰਾਨ ਸਰਕਾਰ ਵੱਲੋਂ ਇਹ ਪਲਾਂਟ ਲਗਾਇਆ ਗਿਆ ਸੀ ਪਲਾਂਟ ਦੇ ਉਦਘਾਟਨ ਤੋਂ ਬਾਅਦ ਇੱਕ ਹਫ਼ਤੇ ਤੱਕ ਪਾਣੀ ਵੇਚਿਆ ਗਿਆ ਇਸ ਦੌਰਾਨ ਝਗੜਾ ਹੋ ਗਿਆ ਖੂਹ ਦੇ ਪਾਣੀ ਨੂੰ ਬੋਤਲਾਂ ਅਤੇ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕਰਕੇ ਸਿੱਖ ਸ਼ਰਧਾਲੂਆਂ ਨੂੰ ਵੇਚਿਆ ਗਿਆ ਹੈ ਸਾਲ 2016 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਨੇ ਇਤਿਹਾਸਕ ਸਰੋਵਰਾਂ ਅਤੇ ਖੋਦਾ ਪਾਣੀ ਨਿਰਯਾਤ ਕਰਨ ਦਾ ਐਲਾਨ ਕੀਤਾ ਸੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਕੰਬਾਈਨਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੇ ਕਤਲ ਕੇਸ ਵਿੱਚ ਲੁੜਿੰਦੀ ਸਾਭਾ ਦਾ ਫੌਜੀ ਜੀਨ ਕਰੀ ਲਹਿਰ ਕੈਂਪ ਨੂੰ ਮੋਸਟ ਵਾਂਟਡ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਤੇ ਉਸ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਡਾਲਰ ਭਾਵ 60 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਚੀਨ ਕਰੀ ਲਾਹਰ ਕੈਂਪ 2012 ਤੋਂ 2018 ਤੱਕ ਕੈਨੇਡੀਅਨ ਆਰਮਡ ਫੋਰਸਸ ਵਿੱਚ ਫੌਜੀ ਰਿਹਾ ਪੰਜਾਬ ਵਿੱਚ ਜਨਮੇ 32 ਸਾਲਾ ਜਿੰਮੀ ਸੰਧੂ 7 ਸਾਲ ਦੀ ਉਮਰ 'ਚ ਕੈਨੇਡਾ ਆਇਆ ਸੀ ਤੇ ਕੈਨੇਡਾ 'ਚ ਉਸਨੇ ਸਕੂਲੀ ਵਿਦਿਆਹਾਸ ਕੀਤੀ ਸੀ 2010 ਤੇ 2012 ਵਿੱਚ ਗਿਆ ਗਤੀਵਿਧੀਆਂ ਚ ਸ਼ਾਮਲ ਹੋਣ ਕਾਰਨ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਗੰਭੀਰ ਅਪਰਾਧਕ ਦੋਸ਼ ਸਾਬਤ ਹੋਣ ਮਗਰੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 2016 ਚ ਜਿੰਮੀ ਸੰਧੂ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਮੋੜ ਦਿੱਤਾ ਸੀ ਇਸੇ ਸਾਲ 5 ਫਰਵਰੀ ਨੂੰ THAILAND ਦੇ ਸ਼ਹਿਰ ਫੂਕਰ ਦੇ ਸਮੁੰਦਰ ਕਿਨਾਰੇ بڑے ਹੋਟਲ ਦੇ ਬਾਹਰ ਜਿੰਮੀ ਸੰਧੂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇੱਕ ਵੱਡੇ ਕਦਮ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਜਾਨਕੀ ਯੂ ਐਨ ਜੀਏ ਨੇ ਮੰਗਲਵਾਰ ਨੂੰ ਪੀ 5 ਦੇਸ਼ਾਂ ਦੀ ਵੀਟੋ ਸ਼ਕਤੀ ਨਾਲ ਸੰਬੰਧਤ ਇੱਕ ਮਤਾ ਅਪਣਾਇਆ ਜਿਸ ਵਿੱਚ UNSC ਦੇ ਮੈਂਬਰਾਂ ਨੂੰ ਲਾਜ਼ਮੀ ਕਰ ਦਿੱਤਾ ਕਿ ਆ ਜੋ ਵਿਧਾਨ ਸਭਾ ਵਿੱਚ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਲਈ ਇਸ ਦੀ ਵਰਤੋਂ ਕਰਦੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਬੋਲਦੇ ਹੋਏ ਭਾਰਤ ਨੇ ਰੇਖਾਂਕਿਤ ਕੀਤਾ ਕਿ ਜਦੋਂ ਉਹ ਇੱਕ ਅਜਿਹੀ ਪਹਿਲ ਕਦਮੀ ਦਾ ਸਮਰਥਨ ਕਰਦਾ ਹੈ ਜੋ ਸਾਰਥਕ ਤੇ ਵਿਆਪਕ ਸੁਧਾਰਾਂ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨੂੰ ਅੱਗੇ ਵਧਾਉਂਦਾ ਹੈ ਮਜੂਦਾ ਮਤਾ ਅਗੇ ਜ਼ਿਆਦਾ ਗੰਭੀਰ ਡੁੰਗਾਈ ਨਾਲ ਤੇ ਸਮਲਿਤ ਵਿਚਾਰ ਵਟਾਂਦਰੇ ਦੀ ਮੰਗ ਕਰਦਾ ਹੈ 98ਵੀਂ ਪਲੈਨਿੰਗ ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਉਪਸਥਾਈ ਪ੍ਰਤੀਨਿਧ ਰਾਜਦੂਤ ਆਰ ਰਵਿੰਦਰਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪਿਛਲੇ 4 ਦਹਾਕਿਆਂ ਤੋਂ ਘੱਟ ਗਿਣਤੀ ਦੇ ਨਾ ਪੱਖੀ ਲੋਕਾਂ ਨੇ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ ਦੀ ਪੂਰੀ ਪ੍ਰਕਿਰਿਆ ਨੂੰ ਬੰਦਕ ਬਣਾ ਲਿਆ ਹੈ ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ 5 ਸਥਾਈ ਮੈਂਬਰਾਂ ਨੇ ਪਿਛਲੇ 75 ਸਾਲਾਂ ਵਿੱਚ Veto ਦੀ ਵਰਤੋਂ ਆਪਣੇ ਆਪਣੇ ਰਾਜਨੀਤਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕੀਤੀ ਹੈ ਪੱਛਮ ਨੂੰ ਸੁਰੱਖਿਆ ਪਰਿਸ਼ਦ ਦੀਆਂ ਸਮੱਸਿਆਵਾਂ 'ਮਦੇ ਹਾਲ ਲਈ ਅਪੀਲ ਕਰਦੇ ਹੋਏ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਉਹ ਜਰਨਲ ਅਸੈਂਬਲੀ ਨੂੰ ਵਧੇਰੇ ਘੱਟ ਨੁਮਾਇੰਦਗੀਆਂ ਵਾਲੀਆਂ ਆਵਾਜ਼ਾਂ ਨੂੰ ਸ਼ਾਮਲ ਕਰਕੇ ਇਸ ਨੂੰ ਹੋਰ ਪ੍ਰਤੀਨਿਧ ਭਰੋਸੇਯੋਗ ਅਤੇ ਜਾਇਜ਼ ਬਣਾਉਣ ਲਈ ਕਿਹਾ ਉੱਤਰੀ ਇਟਲੀ ਦੇ ਜ਼ਿਲਾ ਆਲੈਂਜ਼ਾ ਦਾਰੀਆਂ ਦੇ ਕਸਬਾ ਤੋਰਟੋਨਾ ਵਿਖੇ ਇੱਕ ਦਸਤਾਰ ਧਾਰੀ ਸਿੱਖ ਬੱਚੇ ਉੱਪਰ ਕੁਝ ਸ਼ਰਾਰਤੀ ਅੰਤਰਾਵਾਂ ਵੱਲੋਂ ਨਸਲੀ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਟਾਲੀਅਨ ਮੀਡੀਆ ਮੁਤਾਬਕ 13 ਸਾਲਾ ਸਿੱਖ ਬੱਚੇ ਉੱਪਰ 15 ਦਿਨਾਂ ਵਿੱਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਕਿਉਂਕਿ ਉਹ ਆਪਣੇ ਸਿਰ ਉੱਪਰ ਦਸਤਾਰ ਸਜਾਉਂਦਾ ਸੀ ਅਤੇ ਦੂਜਿਆਂ ਨਾਲੋਂ ਅਲੱਗ ਦਿਖਦਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਸਿੱਖ ਬੱਚਾ ਇਸ ਵੇਲੇ ਹਸਪਤਾਲ ਵਿੱਚ ਹੈ ਜਿਸ ਨਾਲ ਕਿ ਚਾਰ ਗੋਰਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਸਿੱਖ ਪਰਿਵਾਰ ਵੱਲੋਂ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਕ ਪੁਲਿਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਸਿੱਖ ਬੱਚੇ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਕਾਨੂੰਨੀ ਧਾਰੇ ਵਿੱਚ ਲੈ ਕੇ ਸਬਕ ਸਿਖਾਉਣ ਦੀ ਗੱਲ ਆਖੀ ਹੈ ਇਤਿhle ਵਿੱਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਜਿਹੇ ਸ਼ਰਾਰਤੀ ਅੰਸਰਾਂ ਵੱਲੋਂ ਕਿਸੇ ਕੇਸ ਧਾਰੀ ਸਿੱਖ ਤੇ ਹਮਲਾ ਕੀਤਾ ਗਿਆ ਹੋਵੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਥੋੜੇ ਦਿਨ ਪਹਿਲਾਂ ਰੋਮ ਦੇ ਨਾਲ ਲੱਗਦੇ ਕਸਬਾ ਆਂਸੀਓ ਵਿੱਚ ਵੀ ਕੰਮ ਤੋਂ ਵਾਪਸ ਘਰ ਪਰਤ ਰਹੇ ਪੰਜਾਬੀ ਨੌਜਵਾਨਾਂ ਉੱਪਰ ਇੱਕ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਸੀ ਇਟਲੀ ਵਿੱਚ ਭਾਰਤੀਆਂ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੀ ਹਰਕਤ ਵਿੱਚ ਆ ਚੁੱਕੀਆਂ ਨੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨਗੇਂਦਰਨ ਨੂੰ ਬੁੱਧਵਾਰ ਨੂੰ ਸਿੰਗਾਪੁਰ ਵਿੱਚ ਫਾਂਸੀ ਦੇ ਦਿੱਤੀ ਗਈ ਇਹ ਜਾਣਕਾਰੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦਿੱਤੀ ਹੈ ਕਿਹਾ ਜਾਂਦਾ ਹੈ ਕਿ ਧਰਮ ਲਿੰਗਮ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਸਜ਼ਾ ਨੂੰ ਲੈ ਕੇ ਧਰਮ ਲਿੰਗਮ ਦੀ ਮਾਇਕ ਅਪੀਲ ਮੰਗਲਵਾਰ ਨੂੰ ਕੋਰਟ ਆਫ ਅਪੀਲ ਨੇ ਖਾਰਜ ਕਰ ਦਿੱਤੀ ਸੀ ਵਰਨਾਮਾ ਨਿਊਜ਼ ਏਜੰਸੀ ਨੇ ਧਰਮ ਲਿੰਗਮ ਦੇ ਪਿਤਾ ਨਵੀਨ ਕੁਮਾਰ ਦੇ ਹਵਾਲੇ ਨਾਲ ਦੱਸਿਆ ਕਿ ਧਰਮ ਲਿੰਗਮ ਨੂੰ ਬੁੱਧਵਾਰ ਸਵੇਰੇ ਫਾਂਸੀ ਦਿੱਤੀ ਗਈ ਹੈ ਤੇ ਉਸ ਦੀ ਲਾਸ਼ ਨੂੰ ਇਪੋਅ ਲਿਜਾਇਆ ਜਾਏਗਾ ਧਰਮ ਲਿੰਗਮ ਨੂੰ 2010 ਵਿੱਚ ਨਸ਼ੀਲੇ ਪਦਾਰਥਾਂ ਦੀ ਕ੍ਰੀਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਤੋਂ ਬਚਣ ਲਈ ਸਾਰੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰ ਲਿਆ ਗਿਆ ਸੀ ਉਸ ਨੂੰ ਪਿਛਲੇ ਸਾਲ 10 ਨਵੰਬਰ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਸ ਨੇ ਇਸ ਵਿਰੋਧ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਅਪ੍ਰੈਲ ਮਹੀਨੇ ਦੇ 27 ਦਿਨਾਂ 'ਚੋਂ 25 ਵਿੱਚ ਅਧਿਕਾਰਤ ਤੌਰ ਤੇ ਘਟ ਲਗਾਏ ਇਹ ਪ੍ਰਗਟਾਵਾ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ਵਿੱਚ ਹੋਇਆ ਇਸ ਰਿਪੋਰਟ ਦੇ ਮੁਤਾਬਕ ਪਾਵਰਕਾਮ ਕੋਲੋਂ ਅਤੇ ਇੱਕ ਅਤੇ 3 April ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਵਿੱਚ ਬਿਜਲੀ ਮੰਗ ਅਨੁਸਾਰ ਸਪਲਾਈ ਨਹੀਂ ਹੋ ਸਕੀ ਤੇ ਪਾਵਰ ਕਾਮ ਨੇ ਸਪਲਾਈ ਵਿੱਚਲੀ ਘਾਟ ਦੂਰ ਕਰਨ ਵਾਸਤੇ ਬਿਜਲੀ ਕੱਟ ਲਗਾਏ ਨੇ ਬਿਜਲੀ ਸਪਲਾਈ ਦੀ ਘਾਟ ਵਿੱਚ ਸਭ ਤੋਂ ਜ਼ਿਆਦਾ ਘਾਟ 6 April ਨੂੰ ਆਈ ਸੀ ਜਦੋਂ 109 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਗਏ ਇਸ ਤਰੀਕੇ 64 ਮਿਲੀਅਨ ਯੂਨਿਟ ਦੀ ਘਾਟ ਦੀ ਪੂਰਤੀ ਵਾਸਤੇ 12 April 45 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 10 April 35 ਮਿਲੀਅਨ 12 April 12 April 45 million 12 April 45 million, million, million unit di poorti vaste 10 April 35 million unit di poorti vaste 11 April 24 million di poorti vaste 13 April 27 million unit di poorti vaste 15 April te hor vi ਬਹੁਤ ਸਾਰੇ ਕੱਟ ਲੱਗੇ ਬਾਕੀ ਦਿਨਾਂ ਵਿੱਚ ਵੀ ਬਿਜਲੀ ਕੱਟ ਇਸ ਤੋਂ ਮਾਮਲਿਆਂ ਵਿੱਚ ਲਗਾਏ ਗਏ ਨੇ ਪਾਵਰ ਕਮਿਸ਼ਨ ਵੱਲੇ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਜੋ ਇਸ ਵੱਲੋਂ ਅਧਿਕਾਰਤ ਤੌਰ ਤੇ ਕੱਟ ਲਗਾਉਣ ਦੀ ਗੱਲ ਤੋਂ ਸਾਬਤ ਹੋ ਰਿਹਾ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਰਿਪੋਰਟ ਵਿੱਚ ਆਪ ਮੰਨਿਆ ਗਿਆ ਹੈ ਕਿ ਵੱਖ-ਵੱਖ ਖੇਤਰਾਂ ਲਈ ਪੌਣੇ ਇੱਕ ਘੰਟੇ ਤੋਂ ਲੈ ਕੇ 5 ਘੰਟੇ ਤੱਕ ਦੇ ਕਟ ਲਗਾਏ ਜਾ ਰਹੇ ਨੇ ਇਸ ਵੇਲੇ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਦੇ ਥਰਮਲਾਂ ਵਿੱਚੋਂ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਨੇ ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਵਿੱਚੋਂ ਦੋ ਬੰਦ ਨੇ ਤੇ ਇੱਕ ਯੂਨਿਟ ਚੱਲ ਰਿਹਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਿੰਨ ਕੌਰ ਮਾਨ ਨੇ ਉਪਦੇਆ ਗਿਆ ਹੋਰ ਖਬਰਾਂ ਦੇ ਲਈ ਸਾਡੇ YouTube ਚੈਨਲ ਪੰਜਾਬ ਮੀਲ ਯੂਸੀ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ